ਅਸੀਂ ਤੁਹਾਡਾ ਬੈਠੇ ਸੀ ਤੇ ਨਾਲ ਹੀ ਥੱਲੇ ਆਇਆ ਤੇ ਅਸੀਂ ਟੁੱਕੀ ਤੇ ਸੁੱਟ ਦਿੱਤੀ ਹੈ। ਹੁਣ ਇਹਦੇ ਅੰਦਰ ਤੇ ਵੜਦਾ ਪਿਆ ਤੋਤਾ, ਮਤਲਬ ਫੜਗੋਂਦਾ ਨੀ ਪਿਆ ਤੇ ਇਹਨੂੰ ਫੜਨਾ ਯਾਰ ਬੜੀ ਮੁਸ਼ਕਲ ਹੋਣ ਉੱਪਰ ਢੱਕਿਆ ਤੇ ਫੜਗੋਂਦਾ ਨੀ ਪਿਆ ਤੇ ਧਿਆਨ ਨਾ ਬੜੀ ਹੈ ਧਿਆਨ ਨਾਲ ਚੱਲ। अस्सलाम वालेकुम, मेरा नाम अली है और अज असी एक अपने दोस्त नाल प्रैंक करने वाले हैं। दादा तुसी थंबनेल तो ला ही लिया होना कि किस तरह का प्रैंक है, तो असी उन्हें कॉल की है कि जल्दी आ ते असी जाना है किसी काम, तो वो फौरन ही जिहड़ा ना रेडी हो गया। तो अज जुमा सी ते चिट्टा सूट पाया था जी, असी गए थे सब मस्जिद से इकट्ठे, तो वह कहना कि मैं सूट उही पहनना तो चलीए, तो बहुत जल्द वो इत्थे पहुँचने वाला है। उन्नी देर तकर असी जिहड़ा ना प्रैंक वास्ते कुछ चीज़ा जड़िया ना वो तैयार कर लिए, जो आएगा तो फिर मतलब उसने असं वो प्रैंक करांगे। तो सब तो पहले असी ना मतलब गोबर का जड़ा ना मतलब गाय का गोबर वो अं चुक के तो एक जगह पर रख लाँगे, ताकि उन्होंने मतलब आएगा तो असं यही कहना कि ऐसे थले असी तोता आया था सी, उन्होंने अं फड़ के थले डक दिते तो वो बढ़ता पै ठीक है, तो तू इनू पकड़। मतलब वढ़न का ਪੰਜਾਬੀ ਅਸੀਂ ਕੱਟਣਾ ਮਤਲਬ ਕਾਟਣਾ ਉਹਨੂੰ ਪੰਜਾਬੀ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਵੱਟਦਾ ਠੀਕ ਹੈ, ਅਤੇ ਉਹ ਅਸੀਂ ਹੁਣ ਇਕੱਠਾ ਕਰਾਂਗੇ। ਗਾਈ ਸਾਡੀ ਨੇ ਤਾਜ਼ਾ ਗੋਬਰ ਕੀਤਾ, ਉਹ ਅਸੀਂ ਹੁਣ ਇਕੱਠਾ ਕਰਾਂਗੇ ਇੱਥੋਂ ਚੁੱਕ ਕੇ, ਅਤੇ ਅਸੀਂ ਉਸ ਜਗ੍ਹਾ ਦੇ ਉੱਤੇ ਲੈ ਕੇ ਜਾਣਾ ਜਿੱਥੇ ਅਸੀਂ ਉੱਪਰ ਇਹਨੂੰ ਕਵਰ ਕਰਨਾ, ਅਤੇ ਸਭ ਤੋਂ ਪਹਿਲਾਂ ਅਸੀਂ ਉਹ ਚੀਜ਼ ਲਵਾਂਗੇ ਜਿਹਦੇ ਨਾਲ ਇਹਨੂੰ ਅਸੀਂ ਉਠਾਉਣਾ, ਅਤੇ ਸਾਨੂੰ ਮਿਲੀ ਹੈ ਇੱਥੇ ਕਈ ਕਹੀ ਹੈ ਇਹਦੇ ਨਾਲ ਅਸੀਂ ਉਠਾਵਾਂਗੇ ਇਹਨੂੰ, ਅਤੇ ਅਸੀਂ ਉਸ ਜਗ੍ਹਾ 'ਤੇ ਲੈ ਜਾਂਦੇ। ਇਹ ਅਸੀਂ ਉਠਾ ਲਿਆ, ਹੁਣ ਅਸੀਂ ਲੈ ਕੇ ਜਾਵਾਂਗੇ ਉਸ ਜਗ੍ਹਾ 'ਤੇ ਜਿੱਥੇ ਅਸੀਂ ਉਹਦੇ ਨਾਲ ਪ੍ਰੈਂਕ ਕਰਨਾ, ਕਿਉਂਕਿ ਉਸ ਜਗ੍ਹਾ ਦੇ ਉੱਤੇ ਤਾਂ ਉਹਨੇ ਮੁੱਛ ਚੱਲ ਜਾਂਦੀ ਸਮਝ ਕੇ ਸ਼ਾਇਦ ਕੋਈ ਉਸ ਨੂੰ ਵੀ ਕਰ ਖੜਾ। ਇਹ ਜਗ੍ਹਾ ਅਸੀਂ ਇੱਥੇ ਰੱਖ ਦਿੱਤਾ, ਨਜ਼ਰ ਆ ਰਿਹਾ ਤੁਹਾਨੂੰ ਹਾਂਜੀ, ਅਤੇ ਵੀ ਇਸ ਟੋਕਰੀ ਕੇ ਨੀਚੇ ਜੋ ਹੈ ਨਾ ਇਸਕੋ ਹਮ ਇਸ ਤਰ੍ਹਾਂ ਰੱਖ ਦੇਵਾਂਗੇ, ਅਤੇ ਅਸੀਂ ਆਪਦੇ ਕਾਨੂੰਨ ਚਾਦਰ ਚੂਦਰ ਦੇ ਦਾਂਗੇ ਠੀਕ ਹੈ ਨਾ, ਤਾਂ ਕਿ ਮਤਲਬ ਉਹਨਾਂ ਨੂੰ ਇਹੀ ਲੱਗੇ ਕਿ ਇਹਨੂੰ ਕਵਰ ਕਰਕੇ ਰੱਖਦਾ ਇਹਦੇ ਅੰਦਰ ਕੋਈ ਨਾ ਕੋਈ ਚੀਜ਼ ਹੈ, ਅਤੇ ਅਸੀਂ ਉਹਨੂੰ ਇਹੀ ਕਹਿ ਰਹੇ ਹਾਂ ਕਿ ਇਹਦੇ ਅੰਦਰ ਅਸੀਂ ਨਾ ਤੋਤਾ ਪਕੜਿਆ ਦਰੱਖਤਾਂ 'ਤੇ ਬੈਠੇ ਰਹੇ ਅਤੇ ਅਸੀਂ ਦਾਣ ਵਗੈਰਾ ਡਾਲ ਕੇ ਮਤਲਬ ਅਸੀਂ ਪਹਿਲੇ ਅਸੀਂ ਦੇਖਦੇ ਰਹੇ ਹਾਂ ਕਿ ਚਿੜੀਆਂ ਪਕੜਨ ਵਾਸਤੇ ਜਾਂ ਕੋਈ ਵੀ ਚੀਜ਼ ਪਕੜਨ ਵਾਸਤੇ ਇੱਕ ਜਿਹੜਾ ਨਾ ਜਾਲ ਵਗੈਰਾ ਵਿਛਾਇਆ ਜਾਂਦਾ, ਅਤੇ ਉਸ ਤਰ੍ਹਾਂ ਟੋਕਰੀ ਦੇ ਥੱਲੇ ਅਸੀਂ ਇੱਕ ਲੱਕੜੀ ਲਗਾਈ ਦੀ ਸੀ ਅਤੇ ਦਾਣੇ ਵਗੈਰਾ ਡਾਲੇ ਹੋਏ ਸੀ, ਅਤੇ ਤੁਰਦੇ ਨੇ ਜਦੋਂ ਦਾਣੇ ਚੁਗਣ ਆਇਆ ਅਤੇ ਅਸੀਂ ਉਹਨੂੰ ਟੋਕਰੀ ਉਹਦੇ ਉੱਤੇ ਗਿਰਾ ਕੇ ਅਤੇ ਉਹਨੂੰ ਅੰਦਰ ਕੈਦ ਕਰ ਲਿਆ। ਹੁਣ ਉਹ ਆਏਗਾ ਤਾਂ ਅਸੀਂ ਉਹਨੂੰ ਇਹੀ ਕਹਿਣਾ ਕਿ ਤੋਤਾ ਜਿਹੜਾ ਨਾ ਉਹ ਸਾਨੂੰ ਕਰਦਾ ਪਿਆ ਸੀ ਅਤੇ ਮੇਰੇ ਵੀ ਜ਼ਖਮ ਕਰ ਦਿੱਤਾ, ਅਤੇ ਤੂੰ ਇਹਨੂੰ ਪਕੜਨਾ, ਕਿਉਂਕਿ ਉਹ ਪਹਿਲੇ ਵੀ ਇਸ ਤਰ੍ਹਾਂ ਦੇ ਜਾਨਵਰ ਫੜਦਾ ਰਿਹਾ, ਮਤਲਬ ਜਦੋਂ ਇਹ ਛੋਟੇ ਹੁੰਦੇ ਰਿਹਾ ਅਤੇ ਉਹ ਮਤਲਬ ਕੋਈ ਜਾਨਵਰ ਇਸ ਤਰ੍ਹਾਂ ਦਾ ਡਰਦਾ ਨਹੀਂ ਰਿਹਾ, ਉਹ ਦਸਤੀ ਫੜ ਲੈਂਦਾ ਰਿਹਾ, ਅੱਜ ਉਹਦੇ ਨਾਲ ਆਇਆ ਅਸੀਂ ਪ੍ਰੈਂਕ ਕਰਨਾ। ਹੁਣ ਅਸੀਂ ਇਹਦੇ ਉੱਤੇ ਟੋਕਰੀ ਰੱਖ ਦਿੱਤੀ ਹੈ, ਤਾਂ ਕਿ ਮਤਲਬ ਇਹਨੂੰ ਹੁਣ ਉੱਤੇ ਅਸੀਂ ਕਵਰ ਵੀ ਕਰ ਦੇਣਾ ਕਿਸੇ ਕੱਪੜੇ ਨਾਲ, ਤਾਂ ਕੱਪੜਾ ਪਿਆ ਨਾ ਅਸੀਂ ਹੁਣ ਇਸ ਕੱਪੜੇ ਦੇ ਨਾਲ ਇਹਨੂੰ ਕਵਰ ਕਰਨਾ, ਤਾਂ ਕਿ ਉਹਨੂੰ ਮਤਲਬ ਨਜ਼ਰ ਵੀ ਨਾ ਆਏ, ਕਿਉਂਕਿ ਇਹਦੇ ਅੰਦਰ ਜਿਹੜੀਆਂ ਕੁਝ ਚੀਜ਼ਾਂ ਜਿਹੜੀਆਂ ਨਾ ਅੰਦਰਲੀ ਸਾਈਡ ਨਜ਼ਰ ਆਉਣ ਲੱਗੀ ਹੈ, ਤੈਨੂੰ ਕਹਾਂ ਕਿ ਇਹਦੇ ਵਿੱਚ ਵੀ ਮਤਲਬ ਉੱਡ ਨਾ ਜਾਏ, ਇਸ ਵੇਅ ਅਸੀਂ ਇਹਨੂੰ ਕਵਰ ਕੀਤੇ ਦਾ ਠੀਕ ਹੈ ਨਾ, ਅਸੀਂ ਕਵਰ ਕਰ ਦਿੱਤਾ ਇਹਦੇ ਠੀਕ ਹੈ। ਅਸੀਂ ਦੇਖਦੇ ਹਾਂ ਕਿ ਉਹ ਕਿੱਥੇ ਜੇ ਪਹੁੰਚਿਆ, ਆਏ ਕਰਦਾ ਕਿ ਨਹੀਂ, ਤਾਂ ਬਾਹਰ ਨਿਕਲਾਂਗੇ ਉਹਨੂੰ ਨਾ ਦੇਖਦੇ ਹਾਂ, ਅਗਰ ਉਹ ਆਉਂਦਾ ਹੋਇਆ ਤਾਂ ਫਿਰ ਜਲਦੀ ਨਾਲ ਪਿੱਛੇ ਜਾ ਕੇ ਬਹਿ ਜਾਂਗੇ, ਜਾ ਕੇ ਉਹਨੂੰ ਕਹਿੰਦਾ ਜਲਦੀ ਆ ਤੋਤਾ ਡੱਕਿਆ ਦੇ। ਓ ਨੋ, ਆ ਰਿਹਾ ਆ ਰਿਹਾ ਆ ਰਿਹਾ, ਅਸੀਂ ਤੁਹਾਡਾ ਬੈਠੇ ਦਾ ਸੀ ਤੇ ਨਾਲ ਹੀ ਥੱਲੇ ਆਇਆ ਤੇ ਅਸੀਂ ਟੁੱਕੀ ਉੱਤੇ ਸੁੱਟ ਦਿੱਤੀ ਹੈ, ਹੁਣ ਇਹਦੇ ਅੰਦਰ ਤੇ ਵੜਦਾ ਪਿਆ ਤੋਤਾ, ਮਤਲਬ ਫੜਗੋਂਦਾ ਨਹੀਂ ਪਿਆ ਤੇ ਇਹਨੂੰ ਫੜਨਾ ਯਾਰ ਬੜੀ ਮੁਸ਼ਕਲ ਹੋਣ ਉੱਪਰ ਡੱਕਿਆ ਤਾ ਤੇ ਫੜਗੋਂਦਾ ਨਹੀਂ ਪਿਆ ਤੇ ਧਿਆਨ ਨਾ ਫੜੀ ਹੈ ਧਿਆਨ ਨਾਲ। तो ये प्रैंक था, तो अगर हमारी वीडियो अच्छी लगी है तो इस वीडियो को लाइक करें और शेयर करें और मेरे चैनल को लाजमी सब्सक्राइब करें।
ਹੋ।